लाफली जड़ा काम ठीक हो वो करो ते जड़ा ताकि जड़ा करप्शन ते पूरी तरह नत पाई जा सके ता ओदा टाइम लगदा कोर्ट्स जदो जांदे आ चलान दिंदे आ उस तो बाद ता फिर टाइम लगदा करप्शन फ्री जो सरकार वल्लों सानू डायरेक्शन आया वो इदां ही चलूगा वी लेस करप्शन दे मैटर च जे कोई आऊगा उन ता साडे वल्लों कोई लिनिट व्यू नहीं लिया जाऊगा वो तो वी विल टेक एक्शन असी उन्होंने खिलाफ एक्शन लवेंगे जे कोई इदां दा साडे ईवन वीलेंस के किसी स्टाफ मैंबर नाल भी इदा का काम करने की कोशिश करूंगा असं उन्होंने खिलाफ एक्शन लवेंगे कोई पिछा पोलिटिकल लीडर होवे कोई हो। पिछले दिनी विजिलेंस ब्यूरो वालों देर रात साबका मंत्री सुंदर शाम अरोड़ा नु उस वेले गिरफ्तार कर लिया जदों ब्यूरो दे एक अधिकारी नु 50 लाख रुपए की रिश्वत की पेशकश कर रहा सी जिस तों बाद उस नु रंगे हत्थी फड़िया गया सी ते अज विजिलेंस दी टीम नु मुख मंत्री भगवंत मान ने सद्या सी। मुख मंत्री ने उन्हां दी पिठ थापड़दिया कहा कि पंजाब दे विच अजिहे ईमानदार ते वफादार अधिकारियों की अति लोड़ है होर की कुछ विजिलेंस दी टीम दीआं मुख मंत्री भगवंत मान दे नाल ਗੱਲਾਂ ਬਾਤਾਂ ਹੋਈਆਂ ਆਓ ਸੁਣਦੇ ਹਾਂ। ਮੈਨੂੰ ਤੇ ਆਪਣਾ ਏਜੀ ਫਲਾਇੰਗ ਸਕੁਐਡ ਮਨਮੋਹਨ ਇਹਨਾਂ ਨੂੰ ਬੁਲਾਇਆ ਸੀ ਤੇ ਉਹਨਾਂ ਨੇ ਬੇਸਿਕਲੀ ਜਿਹੜੀ ਹੌਸਲਾ ਅਫਜਾਈ ਕਰਨੀ ਸੀ ਸਾਡੀ ਤੇ ਉਹਦੇ ਲਈ ਇਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੇ ਇਹਦੇ ਨਾਲ ਸਾਨੂੰ ਹੋਰ ਵੀ ਜਿਹੜਾ ਬਿਜ਼ਨਸ ਡਿਪਾਰਟਮੈਂਟ ਹੈ ਮਿਹਨਤ ਤੇ ਇਮਾਨਦਾਰੀ ਨਾਲ ਅੱਗੇ ਤੋਂ ਵੀ ਜਿਹੜਾ ਕੰਮ ਕਰੇਗਾ। ਸਰ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨਾਲ ਵੀ ਤੁਸੀਂ ਕੰਮ ਕੀਤਾ ਹੋਊਗਾ ਹੁਣ ਮੌਜੂਦਾ ਸਰਕਾਰ ਨਾਲ ਵੀ ਕੰਮ ਕਰ ਰਹੇ ਹੋ ਕੀ ਫਰਕ ਤੁਹਾਨੂੰ ਨਜ਼ਰ ਆ ਰਿਹਾ ਕਿ ਫ੍ਰੀ ਹੈਂਡ ਦਿੱਤਾ ਜਾ ਰਿਹਾ ਵਿਜੀਲੈਂਸ ਨੂੰ ਕਿਉਂਕਿ ਪਹਿਲਾਂ ਕਿਹਾ ਜਾਂਦਾ ਕਿ ਵਿਜੀਲੈਂਸ ਇੱਕ ਤਰੀਕੇ ਦੇ ਨਾਲ ਕਟਪੁਟਲੀ ਹੈ ਸਰਕਾਰਾਂ ਦੇਖੋ ਤਾਂ ਪੂਰੀ ਇੰਡੀਪੈਂਡੈਂਸ ਦਿੱਤੀ ਹੋਈ ਹੈ ਕਿ ਜੋ ਲਾਫਲੀ ਜਿਹੜਾ ਕੰਮ ਠੀਕ ਹੋਵੇ ਉਹ ਕਰੋ ਤੇ ਜਿਹੜਾ ਤਾਂ ਕਿ ਜਿਹੜਾ ਕਰਪਸ਼ਨ ਤੇ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ ਸੋ ਅਸੀਂ ਉਸ ਤਰ੍ਹਾਂ ਹੀ ਉਹ ਫਾਲੋ ਕਰ ਰਹੇ ਹਾਂ ਜਿਹੜਾ ਗਵਰਨਮੈਂਟ ਦਾ ਮੈਂਡੇਟ ਹੈ ਸੀਐਮ ਸਾਹਿਬ ਦਾ ਮੈਂਡੇਟ ਹੈਗਾ ਕਿ ਕਰਪਸ਼ਨ ਫ੍ਰੀ ਗਵਰਨਮੈਂਟ ਜਿਹੜੀ ਆ ਉਹਦੇ ਲਈ ਹੀ ਅਸੀਂ ਉਪਰਾਲੇ ਕਰਦੇ ਹਾਂ। ਸਰ ਕੋਈ ਹੋਰ ਲੀਡਰਾਂ ਦੀ ਕੋਈ ਹੋਰ ਵਿਅਕਤੀਆਂ ਦੀ ਵੀ ਗੱਲ ਅੰਦਰ ਰੱਖੀ ਗਈ ਹੈ ਕਿ ਇਹਨਾਂ ਦੇ ਉੱਤੇ ਵੀ ਸਕੰਜਾ ਜਿਹੜਾ ਹੈਗਾ ਉਹ ਕੱਸਿਆ ਜਾਵੇ? ਨਹੀਂ ਐਸੀ ਕੋਈ ਖਾਸ ਗੱਲ ਨਹੀਂ ਹੋਈ ਕਿ ਸਪੈਸੀਫਿਕਲੀ ਕਿਹੜੇ ਕੋਈ ਕਰਨਾ ਹੈਗਾ। ਕਾਫੀ ਕੇਸ ਨੇ ਲੱਗਦਾ ਕਿ ਜਲਦ ਉਹਨਾਂ ਕੇਸਾਂ ਨੂੰ ਕਹਿ ਲਈਏ ਕਿ ਸੋਲਵ ਕਰ ਪਾਏਗੀ ਕਿਉਂਕਿ ਬਹੁਤ ਸਾਰੇ ਅਧਿਕਾਰੀਆਂ ਦੇ ਨਾਮ ਪੁਰਾਣੇ ਲੀਡਰਾਂ ਦੇ ਨਾਮ ਉਹਨਾਂ ਕੇਸਾਂ ਦੇ ਵਿੱਚ ਬੋਲਦੇ ਨੇ। ਉਹਦੇ ਵਿੱਚ ਇਹ ਵੀ ਹੋਇਆ ਜੀ ਕਿ ਆਖਰਕਾਰ ਤੁਸੀਂ ਜਿਹੜੀ ਮਨਜ਼ੂਰੀ ਮੰਗੀ ਗਈ ਸੀਗੀ ਕਈਆਂ ਦੇ ਖਿਲਾਫ ਐਰੋਸੀਓ ਨੂੰ ਫੋਟੋ ਨੂੰ ਲੈ ਕੇ ਤੇ ਉਹ ਚੀਜ਼ ਦਾ ਵੀ ਕੋਈ ਚਰਚਾ ਹੋਈ ਹੈ? ਦੇਖੋ ਲਾਫਲੀ ਜਿਹੜਾ ਰੂਲਸ ਦੇ ਹਿਸਾਬ ਨਾਲ ਅਸੀਂ ਜੋ ਵੀ ਕਾਰਵਾਈ ਹੈ ਅੱਗੇ ਉਹ ਕਰਦੇ ਰਵਾਂਗੇ। ਪਰਮਿਸ਼ਨਸ ਹੈਗੀਆਂ ਜਿਹੜੀ ਤੁਸੀਂ ਗੱਲ ਕੀਤੀ ਉਹ ਟਾਈਮ ਟੂ ਟਾਈਮ ਆ ਵੀ ਰਹੀਆਂ ਤੇ ਉਹਦੇ ਬੇਸ ਤੇ ਅਸੀਂ ਅੱਗੇ ਕਾਰਵਾਈ ਵੀ ਕਰ ਰਹੇ ਹਾਂ। ਕਨੈਕਸ਼ਨ ਕਿੰਨੀ ਕਿ ਆਪ ਲੱਗਦਾ ਕਿ ਜਿਹੜੇ ਪਕੜਦੇ ਹੋ ਤੁਸੀਂ ਕਿੰਨੇ ਕ ਅੱਗੇ ਕਾਰਵਾਈ ਹੋ ਪਾਉਂਦੀ ਹੈ ਕੋਰਟ ਵੱਲੋਂ ਜਾਂ? ਦੇਖੋ ਹੁਣ ਤਾਂ ਉਹਦਾ ਟਾਈਮ ਲੱਗਦਾ ਕੋਰਟਸ ਜਦੋਂ ਜਾਂਦੇ ਆ ਚਲਾਨ ਦਿੰਦੇ ਆ ਉਸ ਤੋਂ ਬਾਅਦ ਤਾਂ ਫਿਰ ਟਾਈਮ ਲੱਗਦਾ ਤਾਂ ਬਟ ਅਸੀਂ ਸਾਡੀ ਕੋਸ਼ਿਸ਼ ਹੈਗੀ ਕਿ ਪੂਰਾ ਐਵੀਡੈਂਸ ਜਿਹੜਾ ਕਰਕੇ ਉਹਨਾਂ ਨੂੰ मैन बड़ी खुशी हुई बड़ी मान बड़ी गल साहब वालों मैं इना सम्मानित किया डीजी सर वरिंदर कुमार सर इन्हों वालों भी मैं बहुत आशीर्वाद मिले ਅਤੇ ਅੱਗੇ ਤੋਂ ਵੀ ਮੈਂ ਜੋ ਚੀਜ਼ ਹੁਣ ਅਡੋਪਟ ਕੀਤਾ ਸਿਸਟਮ ਅਸੀਂ ਕਰ ਰਹੇ ਹਾਂ ਵਿਜੀਲੈਂਸ ਵੱਲੋਂ ਇਹੀ ਚੀਜ਼ ਅਸੀਂ ਅੱਗੇ ਲਿਆ ਕੇ ਆਵਾਂਗੇ। ਕਰਪਸ਼ਨ ਫਰੀ ਜੋ ਸਰਕਾਰ ਵੱਲੋਂ ਸਾਨੂੰ ਡਾਇਰੈਕਸ਼ਨ ਆਇਆ ਉਹ ਇੱਦਾਂ ਹੀ ਚੱਲੂਗਾ ਵਿਜੀਲੈਂਸ 'ਚ ਅਤੇ ਅੱਗੇ ਤੋਂ ਵੀ ਤੁਹਾਨੂੰ ਇਹ ਚੀਜ਼ ਮਿਲੂਗੀ। ਸਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਇੱਕ ਵੱਡਾ ਕੇਸ ਸਾਹਮਣੇ ਆਇਆ 50 ਲੱਖ ਦੀ ਇੱਕ ਵੱਡੀ ਔਫਰ ਕਿਉਂਕਿ ਕਈ ਸਾਰੇ ਹੋਰ ਵੀ ਲੀਡਰਾਂ ਦੇ ਨਾਮ ਜਿਹੜੇ ਉਹ ਸਾਹਮਣੇ ਆ ਰਹੇ ਆ ਕਿ ਉਹ ਵੀ ਜਿਹੜੇ ਨੇ ਰਡਾਰ ਦੇ ਉੱਤੇ ਨੇ। ਦੇਖੋ ਕਰਪਸ਼ਨ ਦੇ ਮੈਟਰ 'ਚ ਤਾਂ ਜੇ ਕੋਈ ਆਊਗਾ ਉਹਨੂੰ ਤਾਂ ਸਾਡੇ ਵੱਲੋਂ ਕੋਈ ਲਿਨਿਟ ਵਿਊ ਨਹੀਂ ਲਿਆ ਜਾਊਗਾ ਉਹ ਤਾਂ ਵੀ ਵਿਲ ਟੇਕ ਐਕਸ਼ਨ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਜੇ ਕੋਈ ਇੱਦਾਂ ਦਾ ਸਾਡੇ ਈਵਨ ਵੀਲੈਂਸ ਦੇ ਕਿਸੇ ਸਟਾਫ ਮੈਂਬਰ ਨਾਲ ਵੀ ਇੱਦਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਕੋਈ ਪਿਛਾ ਪੋਲੀਟੀਕਲ ਲੀਡਰ ਹੋਵੇ ਕੋਈ ਹੋਵੇ। ਪੁੱਛਗਿੱਛ ਕੀਤੀ ਗਈ ਹੈ ਜੀ ਮੰਤਰੀ ਤੋਂ ਜੀ ਸਾਬਕਾ ਤੋਂ ਕੋਈ ਹਾਲੇ ਤੱਕ ਗੱਲਬਾਤ ਸਾਹਮਣੇ ਆਈ ਹੈ? ਕਹਿੰਦੇ ਕਾਰ ਚੋਂ ਕਈ ਅਹਿਮ ਡਾਕੂਮੈਂਟ ਕਾਰ ਚੋਂ ਅਹਿਮ ਡਾਕੂਮੈਂਟ ਮਿਲੇ ਜਿਨ੍ਹਾਂ ਦੀ ਕਾਰ 'ਚ ਵੀ ਆਏ ਸੀ ਬਿਲਡਰ ਮਾਰਬੇਲਾ ਗ੍ਰੈਂਡ ਵਾਲੇ ਉਹਨਾਂ ਤੋਂ ਵੀ ਉਹਨਾਂ ਨੂੰ ਵੀ ਬੁਲਾਇਆ ਗਿਆ ਜੀ? ਹਾਂਜੀ ਉਹਨਾਂ ਨੂੰ ਵੀ ਬੁਲਾ ਰਹੇ ਹਾਂ ਜੀ ਉਹ ਆਈ ਥਿੰਕ ਪਰਸੋਂ ਆਉਣਗੇ ਅਤੇ ਉਹਨਾਂ ਦਾ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਕੀ ਮੈਟਰ ਹੈਗਾ ਹੈ। 1000 ਕਰੋੜ ਜਿਹੜਾ ਆਪਣਾ ਸਿੰਚਾਈ ਘੁਟਾਲਾ ਹੋਇਆ ਸੀ ਉਸਦੇ ਵਿੱਚ ਵੀ IAS ਅਫਸਰਾਂ ਨੂੰ ਬੁਲਾਇਆ ਗਿਆ ਕੱਲ੍ਹ ਕਾਂਤ ਸਿੰਘ ਪੰਨੂ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਜੀ?
देखो इन्वेस्टिगेशन चल रही है, जो चीज पार्ट जेदा जेदा अगे आई होगा उन्हों उसी अगे इन्वेस्टिगेट करी है। सुधा दे कि पिछले दिन ही विजिलेंस ब्यूरो दे वलो साबका मंत्री सुंदर शाम अरोड़ा नु गिरफ्तार किया गया सी, जिस तो पुछगिछ की गई अते उसके उत्ते इल्जाम से कि अधिकारी नु 50 लाख रुपए की रिश्वत की पेशकश की सी। चंडीगढ़ तो बिंदु सिंह की रिपोर्ट, D5 चैनल पंजाबी। की हुंदी है जमाबंदी, किवें बनदी है वसीयत, जमीन जायदाद के हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। पूरे सब्सक्राइब करो, बैल आइकन पे क्लिक करो।